ਅੱਗੇ ਗੱਲ ਕਰਦੇ ਹੈਗੇ ਆ ਪਾਕਿਸਤਾਨ ਦੀ ਫੌਜ ਦੀ। ਉੱਥੇ ਗੜਬੜੀ ਰਹਿੰਦੀ ਆ ਸਦਾ, ਉਹਨਾਂ ਦੀ ਹਿਸਟਰੀ ਆ, ਉਹ ਫੌਜ ਦੇ ਵਿੱਚ ਵੀ ਬਗਾਵਤ। ਹਾਂ ਬਿਲਕੁਲ ਜੀ, ਇਹ ਕੱਲ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕਰ ਰਹੇ ਸੀਗੇ ਕਿ ਇਮਰਾਨ ਖਾਨ ਨੂੰ ਇੱਕ ਤਰ੍ਹਾਂ ਨਾਲ ਰਾਹਤ ਵੀ ਮਿਲੀ ਆ, ਤੇ ਉਹ ਤੋਂ ਬਾਅਦ ਇੱਕ ਤਰ੍ਹਾਂ ਨਾਲ ਇਹ ਵੀ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਸਥਾਨਕ ਚੋਣਾਂ ਹੋਣ ਦੀ ਵੀ ਸੰਭਾਵਨਾ ਹੈ, ਤੇ ਇਹ ਸਭ ਦੇ ਉੱਧਰ ਪੰਜਾਬ ਸੂਬੇ ਦੀਆਂ ਚੋਣਾਂ ਦਾ ਹਵਾਲਾ ਵੀ ਉੱਥੇ ਹੈਗਾ, ਇਸ ਤੋਂ ਲੈਂਦੇ ਪੰਜਾਬ ਦੀਆਂ। ਸੋ ਇਹ ਸਭ ਦੇ ਦਰਮਿਆਨ ਜਦੋਂ ਮਤਲਬ ਕਿ ਦੂਸਰੇ ਜਿਹੜੇ ਮਾਮਲੇ ਸੀ ਉਹਦੇ ਮਾਮਲਿਆਂ 'ਚ ਹਾਈਕੋਰਟ, ਆਪਾਂ ਕੱਲ੍ਹ ਹੀ ਗੱਲ ਕਰੀ ਸੀ, ਹੋ ਸਕਦਾ ਅੱਜ ਹਾਈਕੋਰਟ ਪਹੁੰਚ ਜਾਣ ਇਮਰਾਨ ਖਾਨ ਉੱਧਰੋਂ ਰਿਹਾਅ ਹੋਣ ਤੋਂ ਬਾਅਦ। ਸੋ ਬਿਲਕੁਲ ਉਹ ਕੱਲ੍ਹ ਆਪਣੇ ਵਕੀਲਾਂ ਦੀ ਟੀਮ ਸਣੇ ਭਾਰੀ ਸੁਰੱਖਿਆ ਦਸਤੇ ਹੇਠ ਉਹ ਉੱਥੇ ਹਾਈਕੋਰਟ ਪਹੁੰਚੇ, ਤੇ ਜਦੋਂ ਹਾਈਕੋਰਟ 'ਚ ਗਏ ਤਾਂ ਉਹਨਾਂ ਨੂੰ ਮਤਲਬ ਇਸਲਾਮਾਬਾਦ ਹਾਈਕੋਰਟ ਨੇ ਬਕਾਇਦਾ ਤੌਰ ਦੇ ਉੱਤੇ ਸਾਰੇ ਮਾਮਲੇ, ਉਹਨਾਂ ਦੇ 5 ਮਾਮਲੇ ਸੀ, ਜਿਵੇਂ ਤੋਸ਼ਾਖਾਨੇ ਵਾਲਾ ਮਾਮਲਾ ਸੀ, ਇੱਕ ਟਰੱਸਟ ਵਾਲਾ ਮਾਮਲਾ ਸੀ, ਉਸੇ ਸਮੇਂ 5 ਤਰ੍ਹਾਂ ਦੇ ਮਾਮਲੇ ਸੀ ਇਹੋ ਜਿਹੇ। ਉਹਨਾਂ 5 ਮਾਮਲਿਆਂ 'ਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। 15 ਤਰੀਕ ਤੱਕ ਉਹਨਾਂ ਦੀ, 15 ਮਈ ਤੱਕ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲਾਤੀ ਇਮਰਾਨ ਖਾਨ ਦੀ। ਇਹੋ ਨਹੀਂ ਮਤਲਬ ਇਹ ਵੀ ਕਹਿਤਾ ਕਿ 17 ਤੱਕ ਕੋਈ ਨਵਾਂ ਮਾਮਲਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ, ਇਹ ਨਾ ਹੋਵੇ ਕਿ ਕੋਈ ਹੋਰ ਨਵਾਂ ਕੁਛ ਪਾ ਕੇ। ਸੋ ਇਸ ਲਈ ਪੂਰੇ ਸੁਰੱਖਿਆ 'ਚ, ਪਰ ਜਦੋਂ ਅੰਦਰ ਸੀ ਬਾਹਰ ਫਾਇਰਿੰਗ ਵੀ ਹੋ ਗਈ ਕੱਲ੍ਹ ਵੀ, ਪਰ ਇੱਥੇ ਤੱਕ ਤਾਂ ਚਲੋ ਠੀਕ ਆ। ਹੁਣ ਤੱਕ ਇਹ ਲੱਗ ਰਿਹਾ ਸੀਗਾ ਕਿ ਉੱਥੇ ਆਵਾਮ ਦਾ ਗੁੱਸਾ ਫੌਜ ਪ੍ਰਤੀ ਵੱਧਦਾ ਜਾ ਰਿਹਾ, ਲੋਕਾਂ ਦਾ ਗੁੱਸਾ ਜਾਂ ਇਮਰਾਨ ਸਮਰਥਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਕਿ ਇਹਦੇ ਪਿੱਛੇ ਫੌਜ ਹੈ ਜਾਂ ਸਰਕਾਰ ਹੈ। ਉੱਥੋਂ ਦੇ ਪ੍ਰਧਾਨ ਮੰਤਰੀ ਤੇ ਉੱਥੋਂ ਦੇ ਆਰਮੀ ਚੀਫ, ਇਹ ਦੋਵੇਂ ਮਤਲਬ ਆਪਸ 'ਚ ਘਿਓ ਖਿਚੜੀ ਹੋ ਕੇ ਜੋ ਵਿਉਂਤ ਘੜ ਰਹੇ ਸੀ ਉਹਦੇ ਵਿੱਚ ਲੋਕ ਤਾਂ ਲੋਕ, ਮੈਨੂੰ ਪਤਾ ਲੱਗ ਰਿਹਾ ਉਹਨੂੰ ਫੌਜ ਵੀ ਉਹਨਾਂ ਸਾਥ ਨਹੀਂ ਦੇ ਰਹੀ। ਈਵਨ ਉੱਥੋਂ ਦੀਆਂ ਫੌਜ ਦੀਆਂ ਹਵਾਲੇ ਨਾਲ, ਉਹਨਾਂ ਦੇ ਟਵੀਟ ਦੇ ਹਵਾਲੇ ਨਾਲ, ਉਹਨਾਂ ਦੇ ਮੈਸੇਜਾਂ ਦੇ ਹਵਾਲੇ ਨਾਲ ਗੱਲਾਂ ਨਸਰ ਹੋਣ ਲੱਗ ਗਈਆਂ ਕਿ ਭਾਈ ਉੱਥੇ ਤਾਂ ਉੱਥੇ ਦੇ ਫੌਜ ਅਧਿਕਾਰੀਆਂ ਨੇ ਦਮ ਭਰਿਆ ਕਿ 100 ਤੋਂ ਵੱਧ ਤਾਂ ਸਾਡੇ ਫੌਜ ਦੇ ਅਧਿਕਾਰੀ ਉਹ ਚੱਕ ਲਏ, ਫੌਜ ਨੇ ਆਪਣੇ ਹੀ ਅਧਿਕਾਰੀ ਚੱਕ ਲਏ। ਹੋਰ ਛੱਡੋ, ਮਤਲਬ ਕਿ ਇੱਕ ਬੜੀ ਅਹਿਮ ਬੈਠਕ ਬੁਲਾਈ ਗਈ ਉੱਥੋਂ ਦੇ ਪ੍ਰਧਾਨ ਮੰਤਰੀ ਵੱਲੋਂ, ਤੇ ਉਹ ਬਕਾਇਦਾ ਮਤਲਬ ਕਿ ਜਿਹੜੀਆਂ ਫੌਜਾਂ ਨੇ ਤਿੰਨੇ, ਉਹਨਾਂ ਦੀਆਂ ਹਵਾਈ ਫੌਜ, ਧਰਾਤਲ ਆਰਮੀ ਫੌਜ ਤੇ ਦੂਸਰੀ ਜਿਹੜੀ ਜਹਾਜ਼ੀ ਸਮੁੰਦਰੀ ਫੌਜ ਹੈ, ਉਹਨਾਂ ਦੇ ਵਿੱਚੋਂ ਸਮੁੰਦਰੀ ਫੌਜ ਔਰ ਹਵਾਈ ਫੌਜ ਦੇ ਮੁਖੀਆਂ ਨੇ ਉਸ ਬੈਠਕ 'ਚ ਜਾਣੋ ਇਨਕਾਰ ਕਰਤਾ, ਗਏ ਨਹੀਂ। ਤੇ ਇਹ ਝਟਕਾ ਉੱਥੇ ਦੇ ਆਰਮੀ ਲਈ ਵੀ ਸੀਗਾ, ਇਹ ਉੱਥੇ ਦੇ ਪ੍ਰਧਾਨ ਮੰਤਰੀ ਲਈ ਵੀ ਸੀਗਾ, ਤੇ ਨਤੀਜਾ ਉਹਨਾਂ ਨੂੰ ਬੈਠਕ ਰੱਦ ਕਰਨੀ ਪਈ। ਸੋ ਇਹ ਪਹਿਲਾਂ ਵੀ ਕਹਿੰਦੇ ਕਿ ਇਹ ਅਫਸਰ ਉਹ ਨੇ ਜਿਹੜੇ ਪਹਿਲਾਂ ਵੀ ਮਤਲਬ ਇਹਨਾਂ ਗੱਲਾਂ ਲਈ ਅੜਦੇ ਰਹੇ ਨੇ, ਇੱਥੋਂ ਤੱਕ ਕਿ ਕਈ ਕਮਾਂਡਰ ਤੱਕ ਬਦਲਤੇ, ਕਿਉਂਕਿ ਕਹਿੰਦੇ ਕਿ ਉਹਨਾਂ ਨੂੰ ਹੁਕਮ ਦਿੱਤੇ ਆਰਮੀ ਨੇ ਜਾਂ ਆਰਮੀ ਚੀਫ ਨੇ ਕਿ ਜਨਤਾ ਜਿਹੜੀ ਭੰਨ ਤੋੜ ਕਰ ਰਹੀ ਹੈ ਕੁਛ ਕਰ ਰਹੀ, ਉਹਨਾਂ ਦੀ ਗੋਲੀ ਚਲਾਓ, ਕਹਿੰਦੇ ਅਸੀਂ ਲੋਕਾਂ ਦੀ ਗੋਲੀ ਨਹੀਂ ਚਲਾਉਣੀ, ਉਹਨਾਂ ਨੇ ਉਹਦਾ ਹੁਕਮ ਮੰਨਣ ਤੋਂ ਇਨਕਾਰ ਕਰਤਾ। ਸੋ ਇਹ ਜਿਹੜੇ ਪਹਿਲੂ ਆ ਰਹੇ ਨੇ ਕਿ ਜਿਹੜੀ ਉੱਥੇ ਅਹਿਮ ਬੈਠਕ ਸੀ ਉਹਨਾਂ ਦੀ, ਉਸ ਬੈਠਕ ਦੇ ਵਿੱਚ ਬਕਾਇਦਾ ਤੌਰ 'ਤੇ ਜਿਹੜਾ ਨੇਵੀ ਦਾ ਮੁਖੀ ਆ ਉਹ ਵੀ ਨਹੀਂ ਗਿਆ, ਜਿਹੜਾ ਹਵਾਈ ਫੌਜ ਦਾ ਮੁਖੀ ਆ ਉਹ ਵੀ ਨਹੀਂ ਗਿਆ, ਤੇ ਉਹਨਾਂ ਦੇ ਬਾਗੀ ਸੁਰ ਤੇ ਦੂਏ ਪਾਸੇ ਇਹ ਬਾਗੀ ਸੁਰਾਂ ਦੇ ਹੀ ਨਤੀਜੇ ਦੇਖਣ ਨੂੰ ਮਿਲ ਰਹੇ ਨੇ। ਜਿਹੜੇ ਉੱਥੇ ਦਾ ਪਾਕਿਸਤਾਨੀ ਫੌਜ ਦਾ ਰਿਟਾਇਰਡ ਮੇਜਰ ਆ ਆਦਿਲ ਰਜ਼ਾ, ਉਹਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੈਨੂੰ ਪਤਾ ਲੱਗ ਰਿਹਾ 100 ਤੋਂ ਵੱਧ ਸਾਡੇ ਫੌਜੀ ਅਧਿਕਾਰੀ ਹੀ ਚੱਕ ਲਏ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦਾ ਮਤਲਬ ਫੌਜ ਦੇ ਅੰਦਰ ਪਹਿਲੀ ਵਾਰ ਆ ਕਿ ਅੰਦਰੋਂ ਇੱਕ ਬਗਾਵਤ ਦੀ ਲਹਿਰ ਵੀ ਉੱਠ ਰਹੀ ਆ, ਉਹ ਚਾਹੇ ਆਰਮੀ ਚੀਫ ਦੇ ਖਿਲਾਫ਼ ਹੋਵੇ, ਚਾਹੇ ਉੱਥੇ ਦੇ ਪ੍ਰਧਾਨ ਮੰਤਰੀ ਖਿਲਾਫ਼ ਹੋਵੇ, ਚਾਹੇ ਉਹ ਆਵਾਮ ਦੇ ਖਿਲਾਫ਼ ਹੋਵੇ। ਕੱਲ੍ਹ ਜੱਜ ਦਾ ਫੈਸਲਾ ਵੀ, ਉਹ ਜੱਜ ਵੀ ਜਿਹੜਾ ਪਹਿਲਾਂ ਕਿਸੇ ਸਮੇਂ ਮਤਲਬ ਕਿ ਇਹ ਜਿਹੇ ਫੈਸਲੇ 'ਤੇ ਜਾਣਿਆ ਜਾਂਦਾ ਰਿਹਾ ਕਿ ਜਦੋਂ ਐਮਰਜੈਂਸੀ ਲਾਈ ਉੱਥੇ ਤਦ ਉਹਨੇ ਹਾਈਕੋਰਟ ਦੇ ਜੱਜ ਦਾ ਕੁਰਸੀ ਸੰਭਾਲਣ ਤੋਂ ਇਨਕਾਰ ਕਰਤਾ ਸੀ। ਕਿਸੇ ਸਮੇਂ ਉਹਨੇ ਇਮਰਾਨ ਖਾਨ ਨੂੰ ਵੀ ਜਦੋਂ ਲੱਗਿਆ ਕਿ ਇਹ ਕਾਨੂੰਨ ਦੀ ਉਲੰਘਣਾ ਕਰ ਰਿਹਾ, ਉਹਨੂੰ ਵੀ ਤਲਬ ਕਰ ਲਿਆ ਸੀ, ਉਹਦੇ ਪਰ ਵੀ ਸਵਾਲ ਖੜੇ ਕਰ ਲਏ ਸੀ, ਉਹਨੂੰ ਕਹਿੰਦਾ ਸੀ ਕਿ ਕਰਾ ਆਪਣਾ ਫਰੋਲ ਟੈਸਟ, ਉਹਦੇ ਵਿੱਚੋਂ ਫੇਲ ਵੀ ਹੋ ਗਈ ਸੀ ਇਮਰਾਨ ਖਾਨ ਦੀ ਸਰਕਾਰ, ਤੇ ਪਰ ਹੁਣ ਉਹਨੇ ਕਿਹਾ ਕਿ ਇਮਰਾਨ ਖਾਨ ਨਾਲ ਧੱਕਾ ਹੋ ਰਿਹਾ, ਮੈਂ ਇਹਨੂੰ ਵੀ ਮਤਲਬ ਜ਼ਮਾਨਤ ਦਿੰਦਾ। ਸੋ ਉਸੇ ਤਰ੍ਹਾਂ ਇਹਦਾ ਮਤਲਬ ਉੱਥੇ ਅਦਾਲਤੀ ਸਿਸਟਮ ਦੇ ਵਿੱਚ ਵੀ, ਉੱਥੇ ਫੌਜ ਦੇ ਅੰਦਰ ਵੀ ਤੇ ਆਵਾਮ ਦੇ ਅੰਦਰ ਵੀ ਜਿਹੋ ਜਿਹੀ ਬਕਾਵਤ ਆ, ਉਹਦੇ ਵਿੱਚੋਂ ਪਤਾ ਲੱਗ ਰਿਹਾ ਕਿ ਆਉਣ ਵਾਲੇ ਸਮੇਂ 'ਚ ਇੱਕ ਪਾਸੇ ਅਦਾਲਤਾਂ ਚਾਹੁੰਦੀਆਂ ਕਿ ਮੁੜ ਕੇ ਬਹਾਲੀ ਹੋ ਜਾਵੇ ਕਾਨੂੰਨ ਦੀ, ਉਹ ਦੂਸਰੇ ਪਾਸੇ ਇਮਰਾਨ ਖਾਨ ਦੀ ਟੀਮ ਚਾਹੁੰਦੀ ਹੈ ਕਿ ਛੇਤੀ ਚੋਣਾਂ ਅਸੀਂ ਕਰਾ ਲਈਏ, ਇਸ ਮਾਹੌਲ ਦੇ ਵਿੱਚ ਸਾਡੇ 'ਚ ਹਵਾ ਬਣੀ ਹੋਈ ਹੈ, ਸ਼ਾਇਦ ਉਹਨੂੰ ਲੱਗਦਾ ਉਹ ਰਾਜਨੀਤੀ ਵਾਲੇ ਪਾਸੇ ਨੂੰ, ਤੇ ਫੌਜ ਕਹਿੰਦੀ ਕਿ ਫੌਜ ਦੀ ਸ਼ਾਖ ਨੇਵੀ ਤੇ ਜਿਹੜੇ ਹਵਾਈ ਫੌਜ ਦੇ ਮੁਖੀ ਨੇ ਪਾਕਿਸਤਾਨ ਦੇ, ਉਹ ਕਹਿੰਦੇ ਕਿ ਤੁਸੀਂ ਫੌਜ ਦੀ ਸ਼ਾਖ ਲਗਾਤਾਰ ਡਿੱਗ ਹੀ ਜਾਂਦੇ ਹੋ, ਇਸ ਨੂੰ ਰਾਜਨੀਤੀ ਦਾ ਅੱਡਾ ਬਣਾਈ ਜਾਂਦੇ ਹੋ, ਫੌਜ ਫੌਜ ਦਾ ਕੰਮ ਕਰੇ, ਸਰਕਾਰਾਂ ਪਾਰਟੀਆਂ ਰਾਜਨੀਤੀ ਆਪਣਾ ਕੰਮ ਕਰਨ, ਇਸ ਲਈ ਦਖਲ ਅੰਦਾਜ਼ੀ ਛੱਡੋ। ਸੋ ਇਹਦਾ ਮਤਲਬ ਆਪਣੇ ਆਰਮੀ ਚੀਫ ਨੂੰ ਵੀ ਚੈਲੰਜ ਕਰ ਰਹੇ। ਸੋ ਇਹੋ ਜਿਹੇ ਸਾਰੇ ਦੇ ਵਿੱਚ ਜਿਵੇਂ ਮਾਰਸ਼ਲ ਆ ਦੀਆਂ ਗੱਲਾਂ ਚੱਲ ਰਹੀਆਂ ਸੀ, ਉੱਥੇ ਹੁਣ ਬਿਲਕੁਲ ਇਹ ਗੱਲਾਂ ਅੱਗੇ ਵੱਧ ਗਈਆਂ ਕਿ ਸ਼ਾਇਦ ਕਿਸੇ ਵੀ ਸਮੇਂ ਉੱਥੇ ਐਮਰਜੈਂਸੀ ਦਾ ਐਲਾਨ ਹੋ ਸਕਦਾ, ਐਮਰਜੈਂਸੀ ਲੱਗ ਸਕਦੀ ਹੈ, ਤੇ ਇਸ ਲਈ ਉੱਥੇ ਸਾਰਾ ਕੁਛ ਸਿਸਟਮ ਵੀ, ਅਦਾਲਤੀ ਸਿਸਟਮ ਵੀ, ਜਨਤਾ ਦਾ ਸਿਸਟਮ ਵੀ, ਫੌਜ ਦਾ ਸਿਸਟਮ ਵੀ, ਸਾਰਾ ਕੁਛ ਦੁਫਾੜ ਹੈ। ਸੋ ਫਾੜੀ ਫਾੜੀ ਹੈ ਇਸ ਸਮੇਂ ਪਾਕਿਸਤਾਨ ਦੀ ਸਥਿਤੀ। ਸੋ ਉਸ ਨੂੰ ਲੈ ਕੇ ਮਤਲਬ ਕਿ ਸਭ ਦੀ ਨਜ਼ਰ ਉੱਥੇ ਬਣੀ ਹੋਈ ਹੈ। ਬਿਲਕੁਲ ਜੀ, ਰਲ ਮਿਲ ਕੇ ਅੱਗੇ ਫੌਜਾਂ ਹੀ ਉੱਥੇ
ਹੱਲੇ ਗੁੱਲੇ ਕਰਦੀਆਂ ਰਹੀਆਂ, ਉਹੀ ਤਖਤੇ ਪਲਟ ਦੀਆਂ ਸੀਗੀਆਂ।